ਜੈਕਾਰਾ ਮਹਾਕਾਲ ਮਹਾਰਾਜ ਦਾ। ਅੱਜ ਅਸੀਂ ਸਾਰਾ ਸਾਡਾ ਪਰਿਵਾਰ ਜੱਥਾ ਅਸੀਂ ਮਹਾਕਾਲ ਲਈ ਲੁਧਿਆਣੇ ਤੋਂ ਉਜੈਨ ਜਾ ਰਹੇ ਹਾਂ, ਜਿਹਦੇ ਵਿੱਚ ਸਾਡੇ ਪੱਪੂ ਭਾਈ ਸਾਹਿਬ, ਪੀ ਰਾਜ ਸ਼ਰਮਾ ਚਾਚਾ ਜੀ, ਸਾਰੀ ਸਾਡੀ ਸੰਗਤ ਅੱਜ ਅਸੀਂ ਮਹਾਕਾਲ ਦੇ ਦਰਸ਼ਨਾਂ ਨੂੰ ਜਾ ਰਹੇ ਹਾਂ। ਮਹਾਕਾਲ ਦੀ ਕਿਰਪਾ ਹੋਈ ਜਿਹੜਾ ਸਾਨੂੰ ਉਹਨਾਂ ਨੇ ਅੱਜ ਬੁਲਾਇਆ ਜੀ। ਦੇਖੋ ਜੀ, ਜੋ ਵੀ ਯਾਤਰਾ ਪਹਿਲਾਂ ਗਣਪਤੀ ਦਾ ਨਾਮ ਲੈ ਕੇ ਸ਼ੁਰੂ ਕਰਨੀ ਚਾਹੀਦੀ ਹੈ। ਗਣਪਤੀ ਬੱਪਾ ਮੋਰਿਆ, ਗਣਪਤੀ ਬੱਪਾ ਮੋਰਿਆ। ਅੱਜ ਅਸੀਂ ਬਾਬਾ ਮੀਨਾ ਸ਼ਾਹ ਦੇ ਨਾਲ ਮਿਲ ਕੇ ਕਾਫੀ 15-20 ਬੰਦੇ ਉਜੈਨ ਜਾ ਰਹੇ ਆ। ਉਜੈਨ ਚ ਮਹਾਕਾਲ ਜੀ ਦੇ ਦਰਸ਼ਨ ਕਰਾਂਗੇ, ਆਰਤੀ ਵਿੱਚ ਸ਼ਾਮਿਲ ਵੀ ਹੋਵਾਂਗੇ। ਉਸ ਤੋਂ ਬਾਅਦ ਓਮਕਾਰੇਸ਼ਵਰ ਵੀ ਜਾਣਾ ਹੈ, ਮੁਮਲੇਸ਼ਵਰ ਵੀ ਜਾਣਾ ਹੈ, ਇੰਦੌਰ ਵੀ ਜਾਣਾ ਹੈ। ਉਹਦੇ ਵਿੱਚ ਸਾਡੇ ਆਪਣੇ ਸਿੱਧ ਰਾਤਰੀ ਮਾਤਾ ਜਿਹੜੀ ਹੈਗੀ ਹੈ ਉੱਥੇ ਹੈਗੀ ਆ, ਬੜੇ ਗਣੇਸ਼ ਜੀ ਦਾ ਵੀ ਉੱਥੇ ਦਰਬਾਰ ਬਹੁਤ ਵਧੀਆ ਬਣਿਆ ਹੋਇਆ ਹੈ, ਸ਼ਨੀ ਮੰਦਰ ਵੀ ਉੱਥੇ ਹੈ, ਨਵਗ੍ਰਹਿ ਮੰਦਰ ਵੀ ਹੈ। ਬਹੁਤ ਸਾਰੇ ਐਸੀ ਜਗ੍ਹਾਵਾਂ ਹੈਗੀਆਂ ਜਿਹੜੀਆਂ ਮੈਂ ਵਰਣਨ ਨਹੀਂ ਕਰ ਸਕਦਾ। ਕ੍ਰਿਸ਼ਨ ਜੀ ਨੇ ਆਪਣੀ ਜਨਮ ਭੂਮੀ ਮਤਲਬ ਜਿੱਥੋਂ ਸਟਾਰਟ ਕੀਤੀ ਸਿੱਖਿਆ, ਉਹ ਜਗ੍ਹਾ ਵੀ ਉੱਥੇ ਬਣੀ ਹੋਈ ਹੈ ਜਿੱਥੇ ਉਹਨਾਂ ਨੇ 16 ਕਲਾਂ ਸਿੱਖੀਆਂ। ਅਸੀਂ ਮੈਂ ਪਹਿਲਾਂ ਵੀ ਜਾ ਚੁੱਕਾ ਜੀ, ਬਾਬਾ ਮੀਨਾ ਸ਼ਾਹ ਦੇ ਨਾਲ ਜਾ ਚੁੱਕੇ ਹਾਂ ਅਸੀਂ ਅੱਜ ਤੋਂ 4 ਮਹੀਨੇ ਪਹਿਲਾਂ। 4 ਮਹੀਨੇ ਪਹਿਲਾਂ ਜਾ ਕੇ ਅਸੀਂ ਆਏ ਹਾਂ, ਬਾਬੇ ਨੇ ਦੁਬਾਰਾ ਫਿਰ ਬੁਲਾ ਲਿਆ। ਅਤੇ ਇਸ ਕਰਕੇ ਮੈਂ ਤਾਂ ਦੱਸ ਰਿਹਾ ਕਿਉਂਕਿ ਇਹ ਸਾਰੀਆਂ ਗੱਲਾਂ ਅਸੀਂ ਦੇਖ ਕੇ ਆਏ ਸੀਗੇ, ਸਾਰੀਆਂ ਚੀਜ਼ਾਂ, ਔਰ ਅਦਭੁਤ ਆਨੰਦ ਆਉਂਦਾ ਜੀ ਉੱਥੇ ਜਾ ਕੇ। ਔਰ ਅਸੀਂ ਤਾਂ ਚਾਹੁੰਦੇ ਹਾਂ ਵੀ ਸਾਰੇ ਸਵਸਥ ਰਹਿਣ, ਠੀਕ ਰਹਿਣ, ਔਰ ਯਾਤਰਾ ਸਫਲ ਹੋਵੇ। ਜੈਕਾਰਾ ਮਹਾਕਾਲ ਕਾ, ਬੋਲ ਸਾਚੇ ਦਰਬਾਰ ਕੀ ਜੈ। ਬੋਲੇ ਨਾਥ ਕੀ, ਮਹਾਕਾਲ ਕੀ। ਅੱਜ ਸਾਰੇ ਬੋਲੇ ਨਾਥ ਦੇ ਆਸ਼ੀਰਵਾਦ ਨਾਲ ਅਸੀਂ ਉਜੈਨ ਦੀ ਯਾਤਰਾ ਨੂੰ ਜਾ ਰਹੇ ਹਾਂ। ਬੋਲੇ ਨਾਥ ਬੁਲਾਉਂਦਾ ਰਹੇ, ਅਸੀਂ ਸਾਰੇ ਮਿਲ ਕੇ ਉਹਦੇ ਦਰ 'ਤੇ ਜਾਂਦੇ ਰਹੀਏ। ਬੋਲ ਸ਼ੰਕਰ ਭਗਵਾਨ ਕੀ।